ਭਾਈ ਚੋਰ ਮਚਾਏ ਸ਼ੋਰ ਨਾ, ਜਿਹੜਾ ਸ਼ੋਰ ਮਚਾ ਰਿਹਾ ਜਿੱਦਾਂ ਤੁਸੀਂ ਸਵਾਲ ਪੁੱਛਿਆ, ਸਵਾਲ ਤੇ ਪੁੱਛਿਆ ਤੁਸੀਂ ਬਿਕਰਮ ਮਜੀਠੀਆ ਦਾ। ਖੈਰਾ ਕਿਤੇ ਵੀ ਜਾ ਸਕਦਾ ਭਾਈ, ਉਹਦਾ ਤੇ ਕੋਈ ਤਬਾਰ ਹੀ ਨਹੀਂ। ਬਈ ਇਹ ਪਾਰਟੀਆਂ ਵਾਲੇ, ਜਿਹੜਾ ਬੰਦਾ ਕਿਸੇ ਡੱਬੇ ਦਾ ਢੱਕਣ ਨਾ ਹੋਵੇ। ਕੇਜਰੀਵਾਲ ਸਾਹਿਬ ਨੂੰ ਪੰਜਾਬ ਆਉਣ ਦੀ ਬਜਾਏ ਸਿਰ ਮਨਾ ਕੇ ਹਰਿਦੁਆਰ ਜਾ ਕੇ ਬਹਿ ਜਾਣਾ ਚਾਹੀਦਾ। ਅੰਮ੍ਰਿਤਸਰ ਪਹੁੰਚੇ ਰਾਜਕੁਮਾਰ ਵੇਰਕਾ ਨੇ ਮਜੀਠਿਆ ਤੇ ਵੱਡੇ ਹਮਲੇ ਕੀਤੇ। ਉਹਨਾਂ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਕਿ ਐਸਟੀਐਫ ਦੀ ਮਜੀਠਿਆ ਦੀ ਰਿਪੋਰਟ ਤੇ, ਉਹਨਾਂ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਤੇ ਬਿਕਰਮ ਮਜੀਠਿਆ ਬੁਖਲਾ ਰਿਹਾ, ਜਿਸ ਤੇ ਉਹਨਾਂ ਮਜੀਠਿਆ ਤੇ ਚੋਰ ਮਚਾਏ ਸ਼ੋਰ ਦੀ ਕਹਾਵਤ ਆਖਦਿਆਂ ਉਹਨਾਂ ਨੂੰ ਚੋਰ ਦੱਸ ਦਿੱਤਾ। ਬਿਲਕੁਲ ਕਾਰਵਾਈ ਹੋ ਰਹੀ ਹੈ, ਇਸੇ ਤੇ ਬੁਖਲਾ ਰਿਹਾ ਹੈ। ਹੁਣੇ ਮੈਂ ਕਿਹਾ ਸੀ ਚੋਰ ਕੀ ਦਾੜੀ ਪੇ ਤਿਨਕਾ, ਜਿਹੜਾ ਚੋਰ ਹੁੰਦਾ ਉਹ ਬਖਲਾ ਜਾਂਦਾ ਹੈ ਔਰ ਉਹ ਸ਼ੋਰ ਮਚਾਉਣ ਲੈਂਦਾ ਹੈ। ਚੋਰ ਬਈ ਚੋਰ ਮਚਾਏ ਸ਼ੋਰ ਨਾ, ਜਿਹੜਾ ਸ਼ੋਰ ਮਚਾ ਰਿਹਾ। ਔਰ ਮੈਂ ਇੱਕ ਗੱਲ ਕਹਿ ਰਿਹਾ, ਬਈ ਜੇ ਉਹਨੂੰ ਐਸਟੀਐਫ ਦੀ ਰਿਪੋਰਟ 'ਤੇ ਯਕੀਨ ਨਹੀਂ, ਈਡੀ ਦੀ ਰਿਪੋਰਟ 'ਤੇ ਵੀ ਉਹਨੂੰ ਯਕੀਨ ਨਹੀਂ, ਜੋ ਭੋਲੇ ਹੋਰੀ ਜੋ ਉਹਦੇ ਸਾਥੀ ਓਪਨ ਬੋਲੇ ਉਹਨੂੰ ਉਹ 'ਤੇ ਵੀ ਯਕੀਨ ਨਹੀਂ, ਹਰ ਪਿੰਡ ਹਰ ਸ਼ਹਿਰ ਦੀ ਦੀਵਾਰ 'ਤੇ ਲਿਖਿਆ ਕਿ ਡਰੱਗ ਮਾਫੀਆ ਕੌਣ, ਉਹਨੂੰ ਉੱਤੇ ਵੀ ਯਕੀਨ ਨਹੀਂ। ਤੇ ਲੇਕਿਨ ਮੈਂ ਇਹ ਮਹਿਸੂਸ ਕਰਦਾ ਕਿ ਇਹ ਹੁਣ ਬਿੱਲੀ ਥੇਲੇ ਜੋ ਬਾਹਰ ਆ ਗਈ ਤੇ ਹੁਣ ਬੜੀ ਜਲਦੀ ਇਹ ਭਾਂਡਾ ਫੁੱਟਣ ਵਾਲਾ ਤੇ ਇਹ ਗੱਲ ਬਾਹਰ ਜਗਜਾਰ ਜਿਹੜੀ ਉਹ ਚਾਹੁੰਦਾ ਹੋਏਗੀ। ਕੀ ਕੌਣ ਚਾਹੁੰਦਾ ਨਾਲ? ਅਰੇ ਜਿੱਦਾਂ ਤੁਸੀਂ ਸਵਾਲ ਪੁੱਛਿਆ, ਸਵਾਲ ਤੇ ਪੁੱਛਿਆ ਤੁਸੀਂ ਬਿਕਰਮ ਮਜੀਠੀਆ ਦਾ, ਤੇ ਮੈਂ ਕੋਈ ਸੁਖਬੀਰ ਬਾਦਲ ਥੋੜੀ ਜਵਾਬ ਦੇਣ ਡਿਆ। ਚੰਗੀ ਗੱਲ ਦਾ ਫੈਸਲਾ ਅਦਾਲਤ ਵੇਖੇਗੀ। ਮੈਂ ਕਿਹਾ ਅਦਾਲਤ ਦੇਖੇ, ਮੈਂ ਵੀ ਤਾਂ ਕਹਿ ਰਿਹਾ ਅਦਾਲਤ ਵੇਖੇਗੀ ਨਾ, ਉਹਨੂੰ ਕੋਈ ਵੇਟ ਕਰੋ, ਅਦਾਲਤ ਜ਼ਰੂਰ ਵੇਖੇਗੀ, ਬੜੀ ਜਲਦੀ ਦੇਖੇ। ਸਿੱਧੂ ਵੱਲੋਂ ਬਾਦਲ ਪਰਿਵਾਰ ਤੇ ਕਰੋੜਾਂ ਰੁਪਏ ਖਰਚ ਕਰਨ ਦੇ ਲਗਾਏ ਇਲਜ਼ਾਮਾਂ ਬਾਰੇ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਇਸ ਤੇ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਜਿੰਨੀ ਲੁੱਟ ਪੰਜਾਬ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਈ, ਓਨੀ ਲੁੱਟ ਅਕਾਲੀ ਦਲ ਦੀ ਸਰਕਾਰ ਵਿੱਚ ਹੋਈ ਹੈ, ਇਸ ਲਈ ਇਸ ਮਾਮਲੇ ਤੇ ਜਾਂਚ ਹੋਣੀ ਚਾਹੀਦੀ ਹੈ। ਬਿਲਕੁਲ ਹੋਣੀ ਚਾਹੀਦੀ ਹੈ, ਕਿਉਂਕਿ ਜਿੰਨਾ ਵੱਡਾ ਕਰਜ਼ਾ ਪੰਜਾਬ ਦੇ ਉੱਪਰ ਛੱਡ ਕੇ ਗਏ, ਜਿੰਨੀ ਲੁੱਟ ਪੰਜਾਬ ਦੇ ਇਹ ਖਜ਼ਾਨੇ ਦੇ ਉੱਪਰ ਹੋਈ ਆ, ਸ਼ਾਇਦ ਇਤਿਹਾਸ ਦੇ ਵਿੱਚ ਏਡੀ ਲੁੱਟ ਨਹੀਂ ਹੋਈ। ਔਰ ਕਹਿੰਦੇ ਆ ਨਾ ਕਿ ਇਹ ਤੇ ਸ਼ਾਇਦ ਜਿਹੜੇ ਵੱਡੇ ਵੱਡੇ ਲੁਟੇਰੇ ਆਏ ਨਾ ਆਜ਼ਾਦੀ ਤੋਂ ਪਹਿਲੇ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਵੀ, ਉਨੀ ਲੁੱਟ ਤੇ ਉਹਨਾਂ ਨੇ ਵੀ ਨਹੀਂ ਕੀਤੀ ਜਿੰਨੀ ਲੁੱਟ ਇਹ ਲੁੱਟ ਕੇ ਗਏ ਆ। ਔਰ ਮੈਂ ਸਵਾਗਤ ਕਰਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ, ਉਹਨਾਂ ਨੇ ਇਨਕੁਆਇਰੀ ਦਾ ਐਲਾਨ ਕੀਤਾ ਹੈ, ਇਨਕੁਆਇਰੀ ਹੋਏਗੀ ਤੇ ਸੱਚ ਵੀ ਸਾਹਮਣੇ ਆਏਗਾ। ਨਾਲ ਹੀ ਉਹਨਾਂ ਆਮ ਆਦਮੀ ਪਾਰਟੀ ਵਿੱਚ ਚੱਲ ਰਹੀ ਬਗਾਵਤ ਤੇ ਬੋਲਦਿਆਂ ਕਿਹਾ ਕਿ ਖਹਿਰਾ ਤਾਂ ਕਿਤੇ ਵੀ ਜਾ ਸਕਦਾ ਹੈ, ਉਸ ਦਾ ਤਾਂ ਕੋਈ ਇਤਬਾਰ ਨਹੀਂ ਹੈ ਤੇ ਖਹਿਰਾ ਨੂੰ ਕਿਸੇ ਡਿੱਬੇ ਦਾ ਢੱਕਣ ਨਾ ਹੋਵੇ। ਆਖਦਿਆਂ ਕਿਹਾ ਕਿ ਸਾਡੀ ਪਾਰਟੀ ਖਹਿਰਾ ਨੂੰ ਕਿਸੇ ਵੀ ਕੀਮਤ ਵਿੱਚ ਨਹੀਂ ਲਵੇਗੀ ਤੇ ਹੁਣ ਸੁਖਪਾਲ ਖਹਿਰਾ ਕਿਸੇ ਜੋਗੇ ਨਹੀਂ ਰਿਹਾ। ਖਹਿਰਾ ਕਿਤੇ ਵੀ ਜਾ ਸਕਦਾ ਭਾਈ, ਉਹਦਾ ਤੇ ਕੋਈ ਤਬਾਰ ਹੀ ਨਹੀਂ। ਪਹਿਲੇ ਉਹ ਅਕਾਲੀ ਦਲ 'ਚ ਗਿਆ, ਕਾਂਗਰਸ 'ਚ ਆ ਗਿਆ, ਆਮ ਆਦਮੀ ਪਾਰਟੀ 'ਚ ਗਿਆ, ਔਰ ਛੋਟੇ ਪੁਰ ਦੀ ਪਾਰਟੀ 'ਚ ਜਾਣ ਦਾ ਇਰਾਦਾ ਸੀ ਉਹਦਾ, ਤੇ ਹੁਣ ਸ਼ਾਇਦ ਬੀਜੇਪੀ ਬਾਰੇ ਸੋਚਦਾ ਪਿਆ। ਮੈਨੂੰ ਸਮਝ ਨਹੀਂ ਲੱਗੀ ਇੱਕ ਗੱਲ ਦੀ, ਬਈ ਇਹ ਪਾਰਟੀਆਂ ਵਾਲੇ, ਜਿਹੜਾ ਬੰਦਾ ਕਿਸੇ ਡੱਬੇ ਦਾ ਢੱਕਣ ਨਾ ਹੋਵੇ ਤੇ ਉਹਨੂੰ ਕੀ ਲੈਣਾ ਕਰਕੇ ਬਈ। ਇਸ ਲਈ ਮੈਂ ਵਾਰ ਵਾਰ ਕਿਹਾ ਕਿ ਸਾਡੇ ਨਾਲ ਉਹਦਾ ਕੋਈ ਸੰਬੰਧ ਨਹੀਂ, ਕਾਂਗਰਸ ਪਾਰਟੀ ਕਿਸੇ ਵੀ ਸੂਰਤ 'ਚ ਖਹਿਰਾ ਨੂੰ ਨਹੀਂ ਲੈਗੀ, ਬੀਜੇਪੀ ਲੈਣਾ ਚਾਹੁੰਦੀ ਹੈ ਤੇ ਲਵੇ। ਲੇਕਿਨ ਜਿਹੜੀ ਮੈਨੂੰ ਲੱਗਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਹੁਣ ਕਿਸੇ ਜੋਗਾ ਨਹੀਂ ਰਹਿਣਾ। ਬੀਤੇ ਦਿਨੀ ਸੋਸ਼ਲ ਮੀਡੀਆ ਤੇ ਮਹਿਲਾ ਵਿੰਗ ਦੀ ਮਹਿਲਾਵਾਂ ਤੇ ਮੰਦੀ ਸ਼ਬਦਾਵਲੀ ਆਪ ਪਾਰਟੀ ਦੇ ਵਰਕਰਾਂ ਵੱਲੋਂ ਵਰਤਨ ਤੇ ਉਹਨਾਂ ਕਿਹਾ ਕਿ ਇਹਨਾਂ ਆਪ ਪਾਰਟੀ ਮਹਿਲਾਵਾਂ ਨੂੰ ਉਹਨਾਂ ਖਿਲਾਫ ਪਰਚਾ ਦਰਜ ਕਰਵਾਉਣਾ ਚਾਹੀਦਾ ਸੀ ਤੇ ਪੁਲਿਸ ਇਸ ਤੇ ਜ਼ਰੂਰ ਕਾਰਵਾਈ ਕਰਦੀ। ਦੇਖੋ ਪਹਿਲੀ ਗੱਲ ਤੇ ਹੈ ਕਿ ਜਿਸ ਤਰੀਕੇ ਦੇ ਨਾਲ ਮਹਿਲਾਵਾਂ ਦੇ ਉੱਪਰ, ਉਹ ਵੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਮਹਿਲਾਵਾਂ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਅਸ਼ਲੀਲ ਚੀਜ਼ਾਂ ਦੇ ਨਾਲ ਜਿਸ ਤਰੀਕੇ ਨਾਲ ਵੀਡੀਓ ਵਾਇਰਲ ਹੋਈਆਂ, ਇਸ ਤੋਂ ਪਤਾ ਲੱਗਦਾ ਹੈ। ਮੈਂ ਤਾਂ ਉਹਨਾਂ ਨੂੰ ਬੇਨਤੀ ਕੀਤੀ ਹੈ ਉਹਨਾਂ ਬੀਬੀਆਂ ਨੂੰ ਕਿ ਉਹ ਕੰਪਲੇਂਟ ਦੇਣ, ਸਰਕਾਰ ਪਰਚਾ ਦਰਜ ਕਰੂਗੀ। ਲੇਕਿਨ ਕੰਪਲੇਂਟ ਨਹੀਂ ਦਿੱਤੀ ਗਈ, ਇਸ ਲਈ ਸਰਕਾਰ ਦੇ ਹੱਥ ਬੱਝੇ ਹੈ। ਅਗਰ ਕੰਪਲੇਂਟ ਦੇਣਗੇ ਸਰਕਾਰ ਕਾਰਵਾਈ ਜ਼ਰੂਰ ਕਰੇਗੀ। ਅਰਵਿੰਦ ਕੇਜਰੀਵਾਲ ਵੱਲੋਂ ਅਕਤੂਬਰ ਮਹੀਨੇ ਵਿੱਚ ਆਉਣ ਤੇ ਉਹਨਾਂ ਤੰਜ ਕਸਿਆਂ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਵਿੱਚ ਆਉਣ ਦੀ ਬਜਾਏ ਸਿਰ ਮੁੰਡਵਾ ਕੇ ਹਰਿਦੁਆਰ ਜਾਣਾ ਚਾਹੀਦਾ ਹੈ, ਕਿਉਂਕਿ ਉਸ ਦਾ ਪੰਜਾਬ ਵਿੱਚ ਕੁਝ ਨਹੀਂ ਰਿਹਾ।
केजरीवाल साहब नू पंजाब आने की बजाय सिर मना के हरिद्वार जाके बह जाना चाहिए, वह है कि इतने लैना की उस बंदे ने। लेकिन मैं ये गल कह रहा कि केजरीवाल साहब ये सारा बेड़ा गर्क कर गया और सब कुछ लुटा के होश में आए तो क्या हुआ, हुण कुछ है नहीं, वह खोई हुई जमीन तो टोल रहे हैं और इतने आके ये किसी ना किसी पार्टी के नाल पार्लीमेंट इलेक्शन सौदेबाजी करना चाहते हैं तो माड़ा मोटा अपना प्रभाव दिखाना चाहते हैं। ये सिर्फ वोटां की राजनीति है और वोटां की राजनीति तो इलावा होर कुछ नहीं। अमृतसर तो शमशेर सिंह की रिपोर्ट, चैनल पंजाब।